दोस्तों, अगर हमारी वीडियो अच्छी लगे तो सब्सक्राइब जरूर करें। अस्सलाम वालेकुम नाज़रीन, मैं हाँ तुहाडा सज्जण किरलू 1122 क्योंकि साडा काम होंदा है जल्दी आवना जल्दी जावना। हुण जनाब तुहाडे सामने वेख रहे हो कि शूटिंग हो रही है, ये शूटिंग हो रही है तुहाडे सामने देखो। बहुत बेहतरीन एक्टर जनाब तुलंबे की मशहूर मरूफ आगा बिंदिया और ये नाल बहुत मशहूर मरूफ सिंगर खड़े ने जनाब इजाज मुल्तानी। और मैं तुहानू इन्हां दे नाल ही मिलाईना, मैं कोई चबल नहीं, एवें नहीं असी इंटरव्यू देन दे वाले असी तुहानू। आओ मेरे नाल, ओए आओ मेरे नाल, आओ मेरे नाल। अस्सलाम वालेकुम भाई। वालेकुम अस्सलाम। ये तुसी शूटिंग कर रहे हो? केड़े-केड़े फनकार दी शूटिंग कर रहे हो? इजाज मुल्तानी, आगा बिंदिया, हाँ जी, नियाज हुसैन नियाजी जी। तुसी आखो तो असी इन्हां नाल दो चार गल्लां कर लईए। जी बिल्कुल कर सकदे, करो। नहीं हो सकदा तुसी महसूस कर जाओगे? नहीं नहीं, कोई महसूस नहीं करते भाई, साडा कैमरा लग गया ते विच की ए 1122 है जी। मंजूर साहब आप कर सकदे हो? यस, ओके सर, मेहरबानी। जी जी करो। अस्सलाम वालेकुम मैडम। वालेकुम सलाम। मैं पूछ सकना कि तुसी इत्थे की कर रहे हो? गानियां दी शूटिंग कर रहे हो जी। ए असी किरलू 1122 है क्योंकि जल्दी जाना जल्दी आना। ए केड़े गाने दी शूट कर रहे हो तुसी मैडम जी? दो गाने ने। केड़ा गाना कोई याद होवेगा तुहानू? बोल शोल ਮਨਜ਼ੂਰ ਭਾਈ ਹੋ? ਹਾਂਜੀ ਹਾਂਜੀ। ਤੁਸੀਂ ਕਿਹੜੇ ਆਪਣਾ ਗਾਣੇ ਦੀ ਸ਼ੂਟਿੰਗ ਕਰ ਰਹੇ ਸੀ? ਅਸੀਂ ਜੀ ਸੱਜਣ ਮੇਰਾ ਚੰਨ ਵਰਗਾ ਉਹਨੂੰ ਵੇਖ ਕੇ ਦਿਲ ਠਰਦਾ। ਵਾਹ ਵਾਹ ਵਾਹ। ਇਹ ਜਨਾਬ ਇਜਾਜ਼ ਮੁਲਤਾਨੀ ਗੁਲੂਕਾਰ, ਇਹ ਜਿਹੜੇ ਤੁਸੀਂ ਗਾਣੇ ਦੀ ਸ਼ੂਟਿੰਗ ਕਰ ਰਹੇ ਹੋ, ਥੋੜੇ ਜਿਹੇ ਮੇਰੇ ਨਾਲ ਆਉਣਾ ਜੀ? ਜੀ ਬਿਲਕੁਲ ਮੇਰੇ ਸਾਹਮਣੇ। ਇਹ ਜਿਹੜੇ ਗਾਣੇ ਤੋਂ ਤੁਸੀਂ ਸ਼ੂਟਿੰਗ ਕਰ ਰਹੇ ਹੋ ਜੀ, ਮੇਰੀ ਦਿਲ ਕਿ ਤੁਸੀਂ ਇੱਕ ਬੋਲ ਸੁਣਾ ਦਿਓ ਕਿਉਂਕਿ ਅਸੀਂ ਥੋੜੇ ਜਿਹੇ ਦੂਰ ਸੀ, ਅਸੀਂ ਨਹੀਂ ਵੇਖ ਰਿਹਾ। ਅੱਛਾ, ਤੇ ਤੁਸੀਂ ਆਪਣੇ ਜ਼ੁਬਾਨੀ ਸੁਣਾਓ ਕਿਹੜੇ ਗਾਣੇ ਦੀ ਸ਼ੂਟ ਕਰ ਰਹੇ ਹੋ, ਉਹ ਗਾਣਾ ਕਿਹੜਾ ਹੈ ਤਰਜ਼ ਨਾਲ? ਸੱਜਣ ਮੇਰਾ ਚੰਨ ਵਰਗਾ ਉਹਨੂੰ ਵੇਖ ਕੇ ਦਿਲ ਠਰਦਾ। ਸੱਜਣ ਮੇਰਾ ਚੰਨ ਵਰਗਾ ਉਹਨੂੰ ਵੇਖ ਕੇ ਦਿਲ ਠਰਦਾ। ਨਜ਼ਰ ਨਾ ਲੱਗ ਜਾਵੇ, ਨਜ਼ਰ ਨਾ ਲੱਗ ਜਾਵੇ ਵੱਡਾ ਮੇਰਾ ਦਿਲ ਡਰਦਾ। ਸੱਜਣ ਮੇਰਾ ਚੰਨ ਵਰਗਾ। ਤਾੜੀਆਂ ਜੀ, ਤਾੜੀਆਂ। ਕੀ ਬਾਤ ਹੈ ਜੀ? ਆਗਾ ਬੀਤੀਆ ਜੀ, ਮੈਂ ਤੁਹਾਡੇ ਕੋਲੋਂ ਮਸ਼ਵਰਾ ਲੈਣਾ ਚਾਹੁੰਦਾ ਕਿ ਇਹ ਗਾਣਾ ਤੁਹਾਨੂੰ ਕਿਸ ਤਰ੍ਹਾਂ ਲੱਗਾ? ਬਹੁਤ ਹੀ ਅੱਛਾ। ਕਿਤਨੇ ਹੀ ਸੌਂਗ ਮਤਲਬ ਕਰੀ ਦੇ ਨੇ ਸਾਰੇ, ਡਾਇਰੈਕਟਰ ਦੀ ਮਰਜ਼ੀ ਨਾਲ, ਉਹਨਾਂ ਦੀ ਮਾਈਂਡ ਨਾਲ, ਲੇਕਿਨ ਇਹ ਮੈਂ ਜਦੋਂ ਸੁਣਿਆ ਮੇਰੇ ਦਿਲ ਨੂੰ ਖੁਦ ਪਸੰਦ ਆਇਆ। ਔਰ ਮੈਂ ਮਿਹਰਬਾਨੀ ਜਨਾਬ, ਤੁਸੀਂ ਬੜਾ ਹਿੱਟ ਕੰਮ ਕੀਤਾ, ਅਸੀਂ ਤੁਹਾਨੂੰ ਪਸੰਦ ਕਰਨੇ ਆ ਯੂਟੀਵੀ ਵਾਲੇ। ਸੁਭਾਨ ਅੱਲਾ ਜਨਾਬ, ਇਹ ਹਨ ਖੜੇ ਨੇ, ਹਾਏ ਹਾਏ, ਸੋਹਣਾ ਖੁਸਾ ਤੇ ਸੋਹਣੀਆਂ ਰੰਗ ਦੀਆਂ ਲੋਹੀਆਂ। ਓਏ ਸ਼ੂਟਿੰਗ ਤੁਹਾਡੀ ਮੈਨੂੰ ਵੀ ਬੜੀ ਪਸੰਦ ਆਈ ਹੈ ਭਾਈ ਜੀ। ਕੀ ਨਾਂ ਤੁਹਾਡਾ? ਨਿਆਜ਼ ਹੁਸੈਨ ਨਿਆਜ਼ੀ। ਕੀ ਬਾਤ ਯਾਰ, ਤੇਰੀ ਫੁੱਲ ਐਕਟਰੀ ਮੈਨੂੰ ਬੜੀ ਪਸੰਦ ਆਈ ਹੈ ਕਿ ਜਿਹਨੂੰ ਅਸੀਂ ਪਸੰਦ ਕਰੀਏ ਉਹਨੂੰ ਲੋਕ ਵੀ ਪਸੰਦ ਕਰਦੇ ਨੇ, ਕਿਉਂਕਿ ਯੂ ਕਿਰਲੂ ਯੂ ਟੀ ਵੀ ਹੈ। ਸਾਰੇ ਅਦਾਕਾਰ ਖੜੇ ਨੇ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਤੁਸੀਂ ਵੇਖ ਰਹੇ ਹੋ, ਮੈਡਮ ਬਿੰਦੀਆ, ਆਗਾ ਬਿੰਦੀਆ ਜਨਾਬ, ਜਿਨ੍ਹਾਂ ਨੇ ਪੂਰੇ ਪਾਕਿਸਤਾਨ ਦੇ ਵਿੱਚ ਆਪਣੇ ਨਾਂ ਦੀ ਧੁੰਮ ਮਚਾ ਦਿੱਤੀ। ਪਾਕਿਸਤਾਨ ਦੇ ਵਿੱਚ ਜਨਾਬ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ, ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਅਤੇ ਜਨਾਬ ਇਹ ਗੁਲੂਕਾਰ ਨੇ ਇਜਾਜ਼ ਮੁਲਤਾਨੀ ਜਨਾਬ, ਪਤਾ ਨਹੀਂ ਇਹਦੇ ਕਿਤਨੇ ਕਿਸਟਾਂ ਆਈਆਂ ਨੇ, ਕਿਤਨੀਆਂ ਸੀਡੀਆਂ ਆਈਆਂ ਨੇ। ਇਹ ਜਨਾਬ ਨਾਲ ਬੱਚੇ ਖੜੇ ਨੇ ਇਹਨਾਂ ਦੇ, ਇਹ ਅਜਰਾ ਪੁੱਤਰ, ਕੀ ਨਾਂ ਤੇਰਾ? ਗੁਲਾਮ ਯਾਸੀਨ। ਹਾਂਜੀ ਗੁਲਾਮ ਯਾਸੀਨ। ਇਹ ਜਿਹੜਾ ਛੋਟੇ ਸੇ ਬੱਚੇ ਗੁਲਾਮ ਯਾਸੀਨ ਹੈ, ਇਹਨਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਅੱਛਾ ਕੀਤਾ ਕਿਉਂਕਿ ਅਸੀਂ ਦੂਰੋਂ ਵੇਖ ਰਹੇ ਸੀ, ਮੈਨੂੰ ਛਾਪਾ ਮਾਰਨਾ ਪੈ ਗਿਆ, ਮੈਂ ਉੱਤੇ ਆ ਗਿਆ। ਜਨਾਬ ਇਜਾਜ਼ ਮੁਲਤਾਨੀ ਤੋਂ ਬਾਅਦ ਇੱਕ ਹੋਰ ਸਿੰਗਰ ਨਾਲ ਤੁਹਾਨੂੰ ਮੈਂ ਮਿਲਾਵਣਾ ਚਾਹੁੰਦਾ, ਅਤੇ ਜ਼ਰਾ ਤਵੱਜੋ ਕਰੋ ਮੇਰੇ ਵੱਲ। ਅਸਲਾਮ ਵਾਲੇਕੁਮ ਗੁਲਾਮ ਨਜਫ ਸਾਹਿਬ। ਵਾਲੇਕੁਮ ਅਸਲਾਮ। ਤੁਹਾਡਾ ਬੜਾ ਨਾਂ ਸੁਣਿਆ ਜਨਾਬ, ਕਹਿਰ ਹੋਵੇ, ਕਿੱਥੇ ਰਹਿੰਦੇ ਹੋ ਜਨਾਬ ਤੁਸੀਂ? ਫੈਸਲਾਬਾਦ। ਫੈਸਲਾਬਾਦ, ਵਾਹ ਵਾਹ, ਫੈਸਲਾਬਾਦ ਦੀ ਕੀ ਬਾਤ ਯਾਰ।
अच्छा तुसी कोई अपनी जबानी कोई गाना याद है तुहानू जेड़ा तुसी अपने आवाज नाल सानू सुनाओ जी जी सुनाओ वाह 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 चांद को तेरा झूमर बना दूं चांद को तेरा झूमर बना दूं मांग तेरी सितारों से सजा दूं मांग तेरी सितारों से सजा दूं तू जो कहे दिलरुबा इन लबों से जरा तो मैं पानी में आग लगा तेरा झूमर जनाब एक्टर हदायतकार नाल प्रोड्यूसर कैमरामैन ये तुहाडे सामने खड़े ने हुण सन जनाब 1122 वाले नु इजाजत मिली जावे खुदा हाफिज पाकिस्तान जिंदाबाद आ रही तुहाडी तस्वीरें सारे दी आ रही दोस्तों अगर हमारी वीडियो अच्छी लगे तो सब्सक्राइब जरूर करें सब्सक्राइब करने से हमारी तमाम नई वीडियो आप तक पहुँच पाएंगी देखते रहिए यू टीवी